संस्कारियों, स्वास्थ्य समिति निमित्ता से आप लोग फतेह अर्ज करते हैं। वाहेगुरु जी का खालसा, वाहेगुरु की फतेह। अज मैं तुहानू ते अपनी कौम नू बधाई दिंदा कि 324 साल हो गई है जदों गुरु गोबिंद सिंह महाराज ने खालसे नू सही लोकां दे अंदाज़े खालसा खत्म हो जाऊगा। पर खालसा चढ़ती कला दे विच अपने पैरां ते खड़ा है और जे लड़ाई का समा होया खालसा लड़ाई दे लई भी तैयार है। कोई किसम किसम दी कहाट खालसे दे विच नहीं है। गुरु गोबिंद सिंह महाराज का हुक्म है कि 1.25 लाख से एक लड़ाऊ तभी गुरु गोबिंद सिंह आपका नाम कहाऊ। 1.25 लाख के नाम एक लड़ौना बहुत मुश्किल होता है। जो कोई पढ़ लिख जाता है तो वो समझता है कि 1.25 लाख के नाम किमें लड़ूंगा। मैं पढ़िया लिखी है, मेरे बिच भी हंकार पैदा होया सी। मैं भी अपने मन नूं पुछदा सी कि महाराज का हुक्म है पर 1.25 लाख के नाम किमें लड़ सकदा। फिर जिहड़े मेरे विच होमे अहंकार सी वह 1984 दे विच निकल गया। जदों मैं देखिया संत जरनैल सिंह भिंडरां वाले सोवियत रूस बरतानिया ते इंडिया दीआं फौजां तिन्नां दे नाल 72 घंटे लड़े, 3 दुनिया दीआं मन्नियां होईआं परमाणु फौजां नूं दरबार साहब दे विच 72 घंटे अंदर नहीं आउण दित्ता। टैंक चले, तोपां चलीआं पर संत जरनैल सिंह भिंडरां वाले अखीर दे विच जिहड़े दरबार साहब ते अकाल तख्त साहब दे विचाले 2 निशान साहब है उत्थे आ गए। ਉਹਨਾਂ ਨੇ ਹਰੇ ਹਰੀ ਲੜਾਈ ਦਿੱਤੀ। ਉਹਨਾਂ ਦੀ ਛਾਤੀ ਦੇ ਵਿੱਚ 72 ਗੋਲੀਆਂ ਸੀ, 72 ਗੋਲੀਆਂ ਛਾਤੀ ਦੇ ਵਿੱਚ। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਤੇ ਉਹਨਾਂ ਦੇ ਸਾਥੀਆਂ ਨੇ ਇਹ ਹਕੂਮਤ ਨੂੰ ਲੜਾਈ ਦਿੱਤੀ ਤੇ ਜਿਹੜੇ ਹਕੂਮਤ ਦੇ ਹਥਿਆਰੀ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਉਹ ਸਾਰੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਪਰ ਸਾਧ ਸੰਗਤ ਜੀ ਉਹਨਾਂ ਚੋਂ ਕੋਈ ਵੀ ਆਪਣੀ ਮੌਤ ਤੇ ਨਹੀਂ ਮਰਿਆ। ਗਿਆਨੀ ਜੈਲ ਸਿੰਘ ਇੰਡੀਆ ਦੇ ਪ੍ਰੈਜ਼ੀਡੈਂਟ ਰਹੇ ਹੈ। ਤੁਹਾਨੂੰ ਸ਼ਾਇਦ ਯਾਦ ਨਹੀਂ ਹੋਊਗਾ ਕਿ ਉਹ ਵੀ ਆਪਣੀ ਮੌਤ ਲਈ ਮਰੇ ਹੈ। ਇਹ ਇਹੋ ਜਿਹੀ ਸਿੱਖ ਕੌਮ ਹੈ ਕਿ ਜਿਹੜੀ ਕਿਸੇ ਦੇ ਪਿੱਛੇ ਪੈ ਜੇ ਹਕੂਮਤ ਹੋਵੇ ਕਿਸੇ ਦੇ ਅੱਗੇ ਹੱਥ ਨਹੀਂ ਖੜੇ ਕਰਕੇ
ਅਸੀਂ ਟੈਲੀਫੋਨ ਫੜ ਲਈਏ, ਅਸੀਂ ਜਥੇਦਾਰਾਂ ਨੂੰ ਥਾਣੇ ਦੇ ਵਿੱਚ ਬਣਾ ਲਈਏ। ਮੈਂ ਕਿਹਾ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਰੁੱਖਾਂ ਭੇਜੋ, ਉਹਨਾਂ ਨੂੰ ਤਲਾਸ਼ੀ ਦਾ ਵਰੰਟ ਰਖਾਓ, ਉਹਨਾਂ ਨੂੰ ਗ੍ਰਿਫਤਾਰੀ ਦਾ ਵਰੰਟ ਰਖਾਓ, ਫਿਰ ਤੁਸੀਂ ਤਲਾਸ਼ੀ ਵੀ ਕਰ ਸਕਦੇ ਹੋ, ਜ਼ਬਤ ਵੀ ਕਰ ਸਕਦੇ ਹੋ, ਗ੍ਰਿਫਤਾਰ ਵੀ ਕਰ ਸਕਦੇ ਹੋ। ਪਰ ਜੇ ਤੁਸੀਂ ਨਜਾਇਜ਼ ਕਰਦੇ ਹੋ, ਇਹਦੇ ਨਤੀਜੇ ਭੁਗਤਣੇ ਪੈਣਗੇ। ਜਿਵੇਂ ਜਰਮਨਾਂ ਨੇ ਦੂਜੇ ਸੰਸਾਰ ਦੇ ਜੰਗ ਦੇ ਵਿੱਚ ਨਿਊਰਨਬਰਗ ਸ਼ਹਿਰ ਦੇ ਵਿੱਚ ਭੁਗਤੇ, ਇਹ ਜਰਮਨਾਂ ਨੇ 60 ਲੱਖ ਯਹੂਦੀ ਤੇ ਕਾਮਰੇਡ ਮਾਰ ਲਏ ਸੀ। ਜਦੋਂ ਜੰਗ ਖਤਮ ਹੋਇਆ, ਇੱਕ ਜਰਮਨ ਦੇ ਵਿੱਚ ਸ਼ਹਿਰ ਹੈ ਨਿਊਰਨਬਰਗ, ਉੱਥੇ ਇਹਨਾਂ ਦੀਆਂ ਹਾਜ਼ਰੀਆਂ ਪਈਆਂ। ਵੱਡੇ ਵੱਡੇ ਜਰਨੈਲ ਸੀ, ਉਹਨਾਂ ਨੇ ਕਿਹਾ ਜੋ ਅਸੀਂ ਕੀਤਾ ਸਾਨੂੰ ਸਾਡੀ ਸਰਕਾਰ ਦਾ ਹੁਕਮ ਸੀ। ਪਰ ਉੱਥੋਂ ਦੇ ਜੱਜਾਂ ਨੇ ਕਿਹਾ ਕਿ ਤੁਸੀਂ ਨਜਾਇਜ਼ ਹੋ, ਮਨੁੱਖਤਾ ਦੇ ਖਿਲਾਫ, ਕਿਸੇ ਦਾ ਨਹੀਂ ਮੰਨ ਸਕਦੇ, ਨਾ ਆਪਣੀ ਸਰਕਾਰ ਦਾ ਮੰਨ ਸਕਦੇ ਹੋ। ਤੇ ਸਾਧ ਸੰਗਤ ਜੀ, ਇਹ ਸਾਰਿਆਂ ਨੂੰ ਫਾਂਸੀਆਂ ਦੀਆਂ ਸਜ਼ਾਵਾਂ ਮਿਲ ਗਈਆਂ ਸੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਛ 1984 ਤੋਂ ਹੋਇਆ ਅੱਜ ਤੱਕ ਕਈ ਜੇਲ੍ਹਾਂ ਦੇ ਵਿੱਚ ਰਹੇ ਹੈ। ਪਰ ਮੈਂ ਇਹਨਾਂ ਨੂੰ ਦੱਸ ਦਿੰਦਾ, ਮੋਦੀ ਸਰਕਾਰ ਨੂੰ, ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਕਿ ਤੁਹਾਨੂੰ ਭੁਗਤਣਾ ਪੈਣਾ ਹੈ ਜਿਹੜੇ ਤੁਸੀਂ ਤਲਾਸ਼ੀਆਂ ਲੈ ਰਹੇ ਹੋ। ਨਜਾਇਜ਼ ਤੌਰ ਦੇ ਉੱਤੇ ਸਿੱਖਾਂ ਨੂੰ ਥਾਣੇ ਦੇ ਵਿੱਚ ਬਣਾ ਰਹੇ ਹੋ, ਇਹ ਕੰਮ ਅਸੀਂ ਬਿਲਕੁਲ ਨਹੀਂ ਹੋਣ ਦੇਣਾ। ਨੈਸ਼ਨਲ ਸਿਕਿਉਰਿਟੀ ਐਕਟ ਦੇ ਵਿੱਚ ਕੋਈ ਦੋਸ਼ ਲਗਾਉਣ ਬਿਨਾ ਸਾਡੇ ਸਿੰਘਾਂ ਨੂੰ ਫੜ ਕੇ ਡਿਬਰੂਗੜ੍ਹ ਸਾਹਿਬ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਮੋਦੀ ਸਾਹਿਬ ਤੇ ਹਿੰਦ ਦੀ ਹਕੂਮਤ, ਮੈਂ ਤੁਹਾਨੂੰ ਦੱਸਣਾ ਕਿ 1962 ਦੇ ਵਿੱਚ ਜਦੋਂ ਚੀਨ ਦੇ ਨਾਲ ਜੰਗ ਹੋਇਆ ਸੀ, ਚੀਨ ਦੀਆਂ ਫੌਜਾਂ ਅਸਾਮ ਡਿਬਰੂਗੜ੍ਹ ਤੱਕ ਪਹੁੰਚ ਗਈਆਂ ਸੀ। ਸਿੱਖਾਂ ਨੂੰ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚੋਂ ਰਿਹਾ ਕਰੇ, ਇਹਦੇ ਨਾਲ ਤੁਹਾਡੀ ਰਹਿਣੀ ਨਹੀਂ। ਸਿੱਖਾਂ ਨੇ ਸਾਥ ਨਹੀਂ ਦੇਣਾ, ਨਜਾਇਜ਼ ਜੰਗ ਜੇ ਤੁਸੀਂ ਕਰੋਗੇ ਪਾਕਿਸਤਾਨ ਦੇ ਨਾਲ। ਸਿੱਖ ਕੌਮ ਬੈਠੀ ਹੈ ਜਿਸ ਨੂੰ ਤੁਸੀਂ ਤਰਸਾ ਤਰਸਾ ਕੇ ਮਾਰੇ ਗਏ ਹੋ ਇੰਨੇ ਸਾਲਾਂ ਦੇ। ਸਾਡੇ ਉੱਤੇ ਕਸ਼ਮੀਰੀ ਹੈ, ਮੁਸਲਮਾਨ ਹੈ, ਉਹਨਾਂ ਦੇ ਉੱਤੇ ਫੌਜੀ ਰਾਜ ਲਾਇਆ ਹੋਇਆ। ਸਨ 2000 ਦੇ ਵਿੱਚ ਇਸ ਫੌਜ ਨੇ 43 ਸਿੱਖ ਜਿਹੜੇ ਜੱਜੀ ਸਿੰਘਪੁਰਾ ਚ ਰਹਿੰਦੇ ਸੀ, ਕਸ਼ਮੀਰ ਦਾ ਪਿੰਡ ਸੀ, ਇਸ ਫੌਜ ਨੇ ਉਹ ਬੇਗਲਾ ਸਿੱਖਾਂ ਨੂੰ ਜਾਨੋਂ ਮਾਰ
ਉਹ ਕਹਿੰਦੇ ਆ ਕਿ ਸਾਨੂੰ ਗੋਰਖਾ ਲੈ ਬੰਗਾਲ ਦੇ ਉੱਤੇ ਚਾਹੀਦਾ, ਉਹਦੇ ਨਾਲ ਸਾਮੀ ਹੈ, ਉਹ ਵੀ ਬਾਕੀ ਧਿਰ ਦੇ ਵਿੱਚ ਹੈ, ਉਹਨਾਂ ਦੇ ਨਾਲ ਮਣੀਪੁਰੀ ਹੈ, ਉਹਨਾਂ ਨੇ ਵੀ ਬਗਾਵਤ ਕੀਤੀ ਹੋਈ ਹੈ, ਉਹਨਾਂ ਦੇ ਅਗਲੇ ਮੀਜੋ ਕੌਮ ਹੈ, ਉਹ ਵੀ ਬਾਕੀ ਹੈ, ਉਹਦੇ ਤੋਂ ਅੱਗੇ ਨਾਗੇ ਹੈ, ਉਹਨਾਂ ਨੇ ਵੀ ਬਗਾਵਤ ਕੀਤੀ ਹੈ, ਉਹਦੇ ਤੋਂ ਅੱਗੇ ਅਰੂਪਸਰ ਹੈ, ਉੱਥੇ ਵੀ ਮੋਦੀ ਸਾਹਿਬ। ਜੇ ਤੁਸੀਂ ਆਪਣੇ ਹਿੰਦ ਦਾ ਨਕਸ਼ਾ ਦੇਖੋਗੇ, ਪੰਜਾਬ ਤੋਂ ਲੈ ਕੇ ਕਸ਼ਮੀਰ, ਉੱਤਰਾਂਚਲ, ਅਸਾਮ, ਮਣੀਪੁਰ, ਨਾਗਾਲੈਂਡ, ਮੀਜ਼ੋ, ਅਰੁਣਾਚਲ, ਇਹ ਕੌਮਾਂ ਤੁਹਾਡੇ ਖਿਲਾਫ ਹੋ ਗਈ ਹੈ। ਇਹ ਹਥਿਆਰਬੰਦ ਅੱਜ ਤੁਹਾਡੇ ਖਿਲਾਫ ਜੰਗ ਲੜ ਰਹੀ ਹੈ। ਜੇ ਪਾਕਿਸਤਾਨ ਤੇ ਚੀਨ ਦਾ ਜੰਗ ਹੋ ਗਿਆ, ਤੁਸੀਂ ਇਹ ਕੌਮਾਂ ਨੂੰ ਕਿਵੇਂ ਆਪਣੇ ਨਾਲ ਲਾਓਗੇ? ਇਹ ਮੋਦੀ ਸਾਹਿਬ ਦੱਸਿਓ, ਇੰਨੇ ਸੇ ਲਾ ਕੇ ਨਹੀਂ ਹੋਣਾ। ਜਲੰਧਰ ਦੇ ਇਲੈਕਸ਼ਨ ਆ ਰਹੇ ਹੈ, ਮੇਰੇ ਨਾਲ ਖੱਟੂ ਜੀ ਹੈ ਜਿਹੜਾ ਸਾਡਾ ਕੈਂਡੀਡੇਟ ਹੈ, ਇਹ ਲੜੂਗਾ, ਇਹ ਜਿੱਤੂਗਾ। ਜਿਉਂ ਕਰਕੇ ਸਾਡੀ ਕੌਮ ਦੇ ਵਿੱਚ ਦਮ ਹੈ, ਸਿੱਖ ਕਦੇ ਹਾਰ ਮਨਜ਼ੂਰ ਨਹੀਂ ਕਰਦਾ। ਅਸੀਂ ਜਿੱਤਾਂਗੇ, ਤੁਸੀਂ ਸਾਰਿਆਂ ਨੇ ਆਪਣਾ ਹਿੱਸਾ ਉੱਥੇ ਆ ਕੇ ਵਟਾਉਣਾ ਹੈ। ਜਿੱਤ ਤਾਂ ਹੋਊਗੀ। ਮੋਦੀ ਸਾਹਿਬ, ਤੁਸੀਂ ਜਲੰਧਰ ਦੇ ਇਲੈਕਸ਼ਨਾਂ 'ਚ ਆਓਗੇ, ਮੇਰੇ ਨਾਲ ਜਿੰਨੇ ਵੀ ਸੀਟ ਤੁਹਾਡੇ ਕੋਲੇ ਆਉਣਗੇ, ਅਸੀਂ ਕਹਾਂਗੇ ਮੋਦੀ ਸਾਹਿਬ ਸਾਡੇ ਉੱਤੇ ਇੰਨੇ ਸੇ ਲਾ ਦੇ, ਕਿੰਨੀਆਂ ਕਦੇ ਲਾ ਦੇਗਾ, ਦਿਬਰੂਗੜ੍ਹ ਕਿੰਨੇ ਦਾ ਪਾਉਟ ਦੇਗਾ, ਤੂੰ ਰਿਹਾ ਕਰੇਗਾ ਕਿ ਚੀਨ ਦੀ ਫੌਜ ਰਿਹਾ ਕਰੂਗੀ? ਇਹ ਪਤਾ ਲੱਗਣਾ ਚਾਹੀਦਾ ਮੈਨੂੰ ਕਿ ਰਿਹਾਈ ਤੈਅ ਕਰਨੀ ਹੈ ਕਿ ਚੀਨ ਦੀ ਫੌਜ ਡਿਬਰੂਗੜ੍ਹ ਚੋਂ ਡੇਲਾ ਚੋਂ ਕੱਢ ਸਕਣ। ਸੋਇਲ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਪੂਰੀਆਂ ਕਰ ਰਹੀ ਹੈ, ਪੁਲਿਸ ਲਈ ਹੋਈ ਹੈ, ਸਾਨੂੰ ਘੇਰਾ ਪਾਇਆ ਹੋਇਆ ਹੈ ਕਿ ਅਸੀਂ ਆਜ਼ਾਦ ਹੈ। ਜੇ ਅੰਮ੍ਰਿਤਪਾਲ ਸਿੰਘ ਇੱਥੇ ਆਏ ਕਿ ਅਸੀਂ ਕੋਈ ਲਾਲਿਆਂ ਦੇ ਪੁੱਤ ਹੈ ਕਿ ਬਗੈਰ ਤੁਹਾਡੇ ਨਾਲ ਕੋਈ ਹੋ ਤੋਂ ਬਗੈਰ ਮੈਂ ਅਪਣਾ ਦੇਵੇ ਤੁਹਾਨੂੰ? ਅਸੀਂ ਤੁਹਾਨੂੰ ਮਾਰ ਸਕਦੇ ਹਾਂ, ਪਰ ਜੇ ਸਿੱਖਾਂ ਦੇ ਕੋਲੇ ਕੋਈ ਸ਼ਰਨ ਲੈਣ ਆ ਜੇ ਤਾਂ ਸਿੱਖ ਦਾ ਧਰਮ ਹੈ, ਉਹ ਸਿੱਖ ਨੂੰ ਪੇਸ਼ ਨਹੀਂ ਕਰਿਆ ਕਰਦੇ, ਫੜ ਕੇ ਲੈ ਸਕਦੇ ਹੋ, ਪਰ ਪੇਸ਼ ਨਹੀਂ ਸਿੱਖ ਕਰਦਾ ਹੈ।
ਦੇ ਖਿਲਾਫ ਨਹੀਂ ਹੋਣਾ, ਨਹੀਂ ਹੋਣਾ। ਜਿੰਨਾ ਮਰਜ਼ੀ ਕਰਕੇ ਦੇਖ ਲਓ, ਜੇ ਆਪਣਾ ਹੱਥ ਸਾਡੇ ਵੱਲ ਲਾਉਂਗੇ, ਐਸਜੀਪੀਸੀ ਦੇ ਇਲੈਕਸ਼ਨ ਕਰਾਉਂਗੇ, ਸਾਡੇ 32-32 ਸਾਲਾਂ ਤੋਂ ਬੰਦੀ ਛੱਡੋਗੇ, ਪਰ ਗਾੜੀ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਉਹਨਾਂ ਦੇ ਦੋਸ਼ੀ ਫੜੋਗੇ। 328 ਪੀੜਾ ਮਹਾਰਾਜ ਸਾਹਿਬ ਦੀਆਂ ਐਸੀ ਪੀਸੀਆਂ ਬੇਚਰੀਆਂ ਉਹ ਵਾਪਸ ਕਰਾਉਂਗੇ। ਮੌੜ ਦੇ ਵਿੱਚ ਜੋ ਤੁਸੀਂ ਬੰਬ ਚਲਾਏ ਹੈ ਉਹਦੇ ਦੋਸ਼ੀਆਂ ਨੂੰ ਫੜੋਗੇ। ਸਾਡਾ ਹੱਥ ਤੁਹਾਡੇ ਨਾਲ ਮਿਲ ਸਕਦਾ ਹੈ, ਪਰ ਇਹ ਨਾ ਸਮਝਿਓ ਕਿ ਅਸੀਂ ਕਿਸੇ ਬਗਾਨੇ ਦੇ ਪੁੱਤ ਹੈ। 324 ਸਾਲ ਹੋ ਗਏ ਖਾਲਸੇ ਦੇ ਜਨਮ ਦਿਨ ਨੂੰ, ਇਹ ਨਹੀਂ ਹੁੰਦਾ ਮਰ ਜਾਵਾਂਗੇ। ਹੁਣ ਅਗਲੇ ਮਹੀਨੇ ਮੈਨੂੰ ਤੁਹਾਡੀ ਸੇਵਾ ਕਰਦਿਆਂ ਨੂੰ 78 ਸਾਲ ਹੋ ਜਾਣੇ ਹੈ। 78 ਸਾਲ ਬਹੁਤ ਜ਼ਿਆਦਾ ਹੋ ਜਾਂਦੇ ਹੈ, ਪਰ ਜਦੋਂ ਮੇਰਾ ਅੰਤ ਆਇਆ ਮਾਸਟਰ ਸਤਾਰਾ ਸਿੰਘ ਵਰਗਣ, ਫਤਿਹ ਸਿੰਘ ਵਰਗਣ, ਚੰਨਣ ਸਿੰਘ ਵਰਗਣ, ਬਾਦਲਾ ਵਰਗਣ, ਇਹ ਸਿਮਰਨਜੀਤ ਸਿੰਘ ਮਾਨ ਸਾਡੇ ਲਈ ਕੁਛ ਕਰਕੇ ਨਹੀਂ ਗਿਆ। ਇਹਨਾਂ ਸਾਲਾਂ ਦੇ ਵਿੱਚ ਸਿੱਖ ਕੋਨੇ ਕੋਨੇ ਹਰੇਕ ਮੁਲਕ ਦੇ ਵਿੱਚ ਪਹੁੰਚਾਤੇ ਹੈ। ਜੇ ਹਕੂਮਤ ਅੱਗੇ ਤੋਂ ਸਾਡੇ ਤੇ ਹੱਥ ਚੱਕਿਆ ਤਾਂ ਹਕੂਮਤ ਸਾਰੀ ਦੁਨੀਆ ਦੇ ਵਿੱਚ ਤੁਹਾਡੇ ਸਫੀਰਖਾਨੇ, ਤੁਹਾਡੀਆਂ ਮਿਸੀਆਂ ਸਿੱਖਾਂ ਨੇ ਜੈਮ ਕਰ ਦੇਣੀਆਂ। ਸੇਵਾ ਆਪਣੀ ਕੌਮ ਦੀ ਕੀਤੀ ਹੈ, ਹੁਣ ਆਖਰੀ ਮੇਰੀ ਅਪੀਲ ਹੈ ਕਿ ਜਲੰਧਰ ਦਾ ਇਲੈਕਸ਼ਨ ਆ ਗਿਆ, ਆ ਖੱਟੂ ਜੀ ਸਾਡਾ ਕੈਂਡੀਡੇਟ ਹੈ, ਇਸ ਨੂੰ ਆਪਾਂ ਨੇ ਜਿਤਾਉਣਾ ਹੈ ਜਿਵੇਂ ਮਰਜ਼ੀ ਹੈ। ਸਾਡੇ ਕੋਲ ਇੰਨੀ ਮਾਇਆ ਹੈ ਨੀ, ਸਾਨੂੰ ਆਪ ਆਪਣਾ ਕੈਂਡੀਡੇਟ ਪੇਸ਼ ਹੈ, ਤੁਸੀਂ ਫਾਜ਼ਲ ਕੇ ਦਿਓ, ਬੇਸ਼ੱਕ ਬੀਕਾਨੇਰ ਦਿਓ, ਇਸ ਨੂੰ ਆਪਣਾ ਕੈਂਡੀਡੇਟ ਸਮਝ ਕੇ ਜਲੰਧਰ ਦੇ ਵਿੱਚ ਪੰਚ ਨੂੰ ਜਿੱਤ ਦਵਾਉਣਾ ਤੁਹਾਡਾ ਫਰਜ਼ ਹੈ। ਇਹਨਾਂ ਸ਼ਬਦਾਂ ਦੇ ਨਾਲ ਤਿੰਨ ਨਾਰੇ ਮੈਂ ਲਾਉਂਗਾ, ਇੱਕ ਲਾਉਂਗਾ ਸਾਂਸਦ ਜਰਨੈਲ ਸਿੰਘ ਦਾ, ਤਿੰਨ ਵਾਰੀ ਤੁਸੀਂ ਕਹਿਣਾ ਜਿੰਦਾਬਾਦ, ਉਦੋਂ ਬਾਅਦ ਤਿੰਨ ਨਾਰੇ ਲਾਵਾਂਗੇ ਖਾਲਿਸਤਾਨ ਦੇ, ਤੁਸੀਂ ਕਹਿਣਾ ਲੈ ਕੇ ਜਾਵਾਂਗੇ ਸਾਂਸਦ ਜਰਨੈਲ ਸਿੰਘ ਪਿੰਡਾਂ ਵਾਲਾ, ਸਾਂਸਦ ਜਰਨੈਲ ਸਿੰਘ